ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਅੱਜ ਅਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਲੇਖ ਪੰਜਾਬ ਦੀਆਂ ਨਕਲਾਂ ਬਾਰੇ ਪੜਾਂਗੇ ਜਿਸ ਦੇ ਲੇਖਕ ਹਨ ਪਿਆਰਾ ਸਿੰਘ ਖੁੰਡਾ ਅੱਜ ਅਸੀਂ ਲੇਖ ਪੰਜਾਬ ਦੀਆਂ ਨਕਲਾਂ ਦੀ ਪ੍ਰੇਸ਼ਨ ਉਤਰ ਵਸਤੂनिष्ठ ਪ੍ਰੇਸ਼ਨ ਬਹੁ ਵਿਕਲਪੀ ਪ੍ਰੇਸ਼ਨ ਖਾਲੀ ਥਾਵਾਂ ਤੇ ਠੀਕ ਗਲਤ ਕਰਾਂਗੇ ਫਸਟ ਕੁਐਸਚਨ ਪੰਜਾਬੀ ਨਕਲ ਤੋਂ ਕੀ ਭਾਗ ਹੈ ਉੱਤਰ ਪੰਜਾਬੀ ਨਕਲ ਤੋਂ ਪਾਵ ਪੰਜਾਬੀ ਸਭਿਆਚਾਰ ਵਿੱਚ ਲੋਕ ਨਾਚ ਦੀ ਇੱਕ ਅਜੇਹੀ ਨਾਟਕੀ ਬਣ ਗਈ ਹੈ ਜਿਸ ਨੂੰ ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਵੀ ਆਖ ਲਿਆ ਜਾਂਦਾ ਹੈ ਕੁਝ ਲੋਕ ਇਸ ਨੂੰ ਪੰਡ ਪੰਡੋਤੀ ਦਾ ਨਾਮ ਵੀ ਦਿੰਦੇ ਹਨ ਇਸ ਵਿੱਚ ਕਿਸੇ ਪੇਸ਼ੇ ਵਿਅਕਤੀ ਪਸ਼ੂ ਵਸਤ ਜਾਂ ਜਾ ਤਾਜ ਸੰਬੰਧੀ ਕਹਾਣੀਆਂ ਨੂੰ ਪੇਸ਼ਾਵਰ ਨਕਲੀਆਂ ਰਾਹੀਂ ਬਿਨਾਂ ਕੋਈ ਪੇਸ ਧਾਰਿਆਂ ਚਮੋਟਾਂ ਰੰਗ ਸ਼ੈਲੀ ਵਿੱਚ ਵਿਅੰਗਮਈ ਵਾਰਤਾਲਾਪ ਦੁਆਰਾ ਪੇਸ਼ ਕੀਤਾ ਜਾਂਦਾ ਹੈ ਚੁਸਤ ਵਾਰਤਾਲਾਪ ਹਾਜ਼ਰ ਜਵਾਬੀ ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਪੰਜਾਬੀ ਨਕਲਾਂ ਸੰਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ ਸੈਕੰਡ ਕੁਐਸਚਨ ਪੰਜਾਬੀ ਦੀਆਂ ਨਕਲਾਂ ਦੀਆਂ ਵਿਸ਼ੇ ਪੱਖੋਂ ਕਿਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਪੰਜਾਬ ਦੀਆਂ ਨਕਲਾਂ ਨੂੰ ਵਿਸ਼ੇ ਅਤੇ ਰੂਪ ਦੇ ਪੱਖੋਂ ਵੱਖ-ਵੱਖ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ਵਿਸ਼ੇ ਪੱਖ ਤੋਂ ਪੰਜਾਬ ਦੀਆਂ ਨਕਲਾਂ ਦੀਆਂ ਕਿਸਮਾਂ ਹੀੜ ਦਿੱਤੇ ਵਿਸ਼ਿਆਂ ਨਾਲ ਸੰਬੰਧਿਤ ਹੋ ਸਕਦੀਆਂ ਹਨ ਜਨਮ ਨਾਲ ਸੰਬੰਧਿਤ ਨਕਲਾਂ ਵਿਆਹ ਨਾਲ ਸੰਬੰਧਿਤ ਨਕਲਾਂ ਕਿੱਤੇਆਂ ਅਤੇ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਨਕਲਾਂ ਇਸ ਤਰ੍ਹਾਂ ਵਿਸ਼ੇ ਪੱਖੋਂ ਪੰਜਾਬ ਦੀਆਂ ਨਕਲਾਂ ਕਈ ਕਿਸਮ ਦੀਆਂ ਹਨ ਅਗਲਾ ਕੁਐਸਚਨ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਉੱਤਰ ਪੇਸ਼ਕਾਰੀ ਦੇ ਪੱਖੋਂ ਪੰਜਾਬੀ ਨਕਲਾਂ ਦੀਆਂ ਦੋ ਕਿਸਮਾਂ ਹਨ ਨਿੱਕੀਆਂ ਨਕਲਾਂ ਅਤੇ ਲੰਬੀਆਂ ਨਕਲਾਂ ਨਿੱਕੀਆਂ ਨਕਲਾਂ ਨੂੰ ਸਿਰਫ ਦੋ ਹੀ ਕਲਾਕਾਰ ਪੇਸ਼ ਕਰਦੇ ਹਨ ਇੱਕ ਦੇ ਹੱਥ ਵਿੱਚ ਚਮੋਟਾ ਅਤੇ ਦੂਜੇ ਦੇ ਹੱਥ ਵਿੱਚ ਛੋਟਾ ਜਿਹਾ ਤਬਲਾ ਹੁੰਦਾ ਹੈ ਤਬਲੇ ਵਾਲੇ ਵੱਲੋਂ ਜਦੋਂ ਕੋਈ ਬੇਤੁਕੀ ਗੱਲ ਕੀਤੀ ਜਾਂਦੀ ਹੈ ਤਾਂ ਦੂਜਾ ਉਸ ਦੇ ਚਮੇਟਾ ਮਾਰਦਾ ਹੈ ਜਿਸ ਕਾਰਨ ਹਾਸਾ ਪੈਦਾ ਹੁੰਦਾ ਹੈ ਨਿੱਕੀ ਨਕਲ ਦਾ ਸਮਾਂ 5 ਤੋਂ 10 ਮਿੰਟ ਤੱਕ ਦਾ ਹੁੰਦਾ ਹੈ ਇਸ ਵਿੱਚ ਇੱਕ ਚਾਕੀ ਵਿੱਚ ਹਾਸ ਰਸੀ ਸਿਖਰ ਉਸਾਰਿਆ ਜਾਂਦਾ ਹੈ ਲੰਬੀ ਨਕਲ ਨੂੰ ਪੇਸ਼ ਕਰਨ ਲਈ ਪੂਰੀ ਟੋਲੀ ਦੀ ਲੋੜ ਹੁੰਦੀ ਹੈ ਇਸ ਦਾ ਸਮਾਂ 3 ਘੰਟੇ ਤੱਕ ਹੋ ਸਕਦਾ ਹੈ ਅਤੇ ਇਸ ਦੇ ਪਾਤਰਾਂ ਦੀ ਗਿਣਤੀ 10-15 ਹੁੰਦੀ ਹੈ ਇਸ ਵਿੱਚ ਘਟਨਾ ਪ੍ਰધાન ਕਹਾਣੀ ਨੂੰ ਵੱਖ-ਵੱਖ ਚਾਕੀਆਂ ਦੁਆਰਾ ਪੇਸ਼ ਕੀਤਾ ਜਾਂਦਾ ਹੈ ਲੰਬੀਆਂ ਨਕਲਾਂ ਦੀ ਪੇਸ਼ਕਾਰੀ ਲਈ ਭਾਵੇਂ ਪੂਰੀ ਟੋਲੀ ਦੀ ਜ਼ਰੂਰਤ ਹੁੰਦੀ ਹੈ ਹੈ ਪਰ ਇਸ ਵਿੱਚ ਵੀ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ ਇਨ੍ਹਾਂ ਵਿੱਚ ਇੱਕ ਰੰਗਾ ਅਤੇ ਦੂਜਾ ਬਿਗਲਾ ਹੁੰਦਾ ਹੈ ਰੰਗਾ ਸ਼ਬਦਾਂ ਦਾ ਮਹਿਲ ਉਸਾਰਦਾ ਹੈ ਪਰ ਬਿਗਲਾ ਉਸ ਨੂੰ ਲੱਤ ਮਾਰ ਕੇ ਢਾ ਦਿੰਦਾ ਹੈ ਰੰਗਾ ਲੰਬੀ ਨਕਲ ਦਾ ਇੱਕ ਤਰ੍ਹਾਂ ਦਾ ਨਿਰਦੇਸ਼ਕ ਹੁੰਦਾ ਹੈ ਬਿਗਲਾ ਨਕਲਾਂ ਦਾ ਮਖੌਲੀਆ ਅਦਾਕਾਰ ਹੁੰਦਾ ਹੈ ਜਿਸ ਦੀ ਸ਼ਕਲ ਤੋਂ ਹੀ ਹਾਸਾ ਆ ਜਾਂਦਾ ਹੈ ਇਸ ਤਰ੍ਹਾਂ ਪੇਸ਼ਕਾਰੀ ਦੇ ਪੱਖੋਂ ਨਕਲ ਨੂੰ ਨਿੱਕੀਆਂ ਨਕਲਾਂ ਅਤੇ ਲੰਬੀਆਂ ਨਕਲਾਂ ਵਿੱਚ ਵੰਡਿਆ ਜਾ ਸਕਦਾ ਹੈ ਅਗਲਾ ਕੁਐਸਚਨ ਨਕਲਾਂ ਵਿੱਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਦੱਸੋ ਕਿਵੇਂ ਉੱਤਰ ਨਕਲਾਂ ਵਿੱਚ ਦਰਸ਼ਕਾਂ ਦੀ ਬੜੀ ਮਹੱਤਵਪੂਰਨ अथवा ਅਹਿਮ ਭੂਮਿਕਾ ਹੁੰਦੀ ਹੈ ਅਦਾਕਾਰ ਤੇ ਦਰਸ਼ਕਾਂ ਦਾ ਆਪਸ ਵਿੱਚ ਬਹੁਤ ਹੀ ਗੂੜਾ ਸਬੰਧ ਹੁੰਦਾ ਹੈ ਦਰਸ਼ਕ ਜਦੋਂ ਦਿਲ ਕਰੇ ਨਕਲਾਂ ਵਿੱਚ ਦਖਲ ਅੰਦਾਜ਼ੀ ਕਰ ਸਕਦੇ ਹਨ ਨਕਲिए ਦੇ ਪਿੜ ਪਾਉਣ ਤੇ ਦਰਸ਼ਕ ਉਸ ਦੇ ਆਲੇ-ਦੁਆਲੇ ਜੁੜਨੇ ਸ਼ੁਰੂ ਹੋ ਜਾਂਦੇ ਹਨ ਨਕਲਿਆ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਤੇ ਆਪਣੇ ਸਾਥੀਆਂ ਨੂੰ ਵੀ ਸੰਬੋਧਨ ਕਰ ਕਰਦਾ ਹੈ ਇਹ ਹੀ ਕਾਰਨ ਹੈ ਕਿ ਨਕਲਾਂ ਵਿੱਚ ਦਰਸ਼ਕਾਂ ਦੀ ਮਾਨਸਿਕੀ ਨਹੀਂ ਸਗੋਂ ਸਰੀਰਕ ਸਮੂਲੀਅਤ ਵੀ ਹੁੰਦੀ ਹੈ ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ ਨਿੱਕੇ ਮੁੰਡੇ ਨੂੰ ਮਖੌਲ ਕਰਨਾ ਅਤੇ ਜਵਾਨ ਵੱਲ ਇਸ਼ਾਰਾ ਕਰਨਾ ਆਮ ਵਿਧੀ ਹੈ ਨਕਲੀਆਂ ਦੀ ਦਰਸ਼ਕਾਂ ਨਾਲ ਛੇੜਛਾੜ ਹਾਸਾ ਪੈਦਾ ਕਰਦੀ ਹੈ ਜਦ ਵਿਗਲਾ ਰੰਗੇ ਨੂੰ ਕਹਿੰਦਾ ਹੈ ਕਿ ਉਹ ਉਹਦੇ ਚਮੋਟਾ ਨਾ ਮਾਰੇ ਤਾ ਉਹ ਪੁੱਛਦਾ ਹੈ ਕਿ ਉਹ ਜੇਹਾ ਕਿਉਂ ਨਾ ਕਰੇ ਬਿਗਲਾ ਇੱਕ ਛੋਟੇ ਮੁੰਡੇ ਵੱਲ ਇਸ਼ਾਰਾ ਕਰਕੇ ਕਹਿੰਦਾ ਹੈ ਆ ਤੇਰਾ ਫੁੱਫੜ ਵੈਂਦਾ ਈ ਨਿੱਕੇ ਮੁੰਡੇ ਨੂੰ ਫੁੱਫੜ ਕਹਿਣ ਤੇ ਹਾਸਾ ਪੈਂਦਾ ਹੈ ਨਕਲਾਂ ਦੇ ਦਰਸ਼ਕ ਜਦ ਚਾਹਣ ਅਦਾਕਾਰ ਨੂੰ ਪੈਸੇ ਦੇ ਸਕਦੇ ਹਨ ਜਿਸ ਨੂੰ ਵੇਲ ਆਖਿਆ ਜਾਂਦਾ ਹੈ ਇਸ ਨਾਲ ਨਕਲੀਆਂ ਦਾ ਹੌਸਲਾ ਵੱਧਾ ਹੈ ਇਸ ਤਰ੍ਹਾਂ ਦਰਸ਼ਕਾਂ ਵਿੱਚ ਨਕਲਾਂ ਦੀ ਅਹਿਮ ਭੂਮਿਕਾ ਹੈ ਕਵੈਸਚਨ ਮੰਚ ਦੇ ਪੱਖ ਤੋਂ ਨਕਲਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਉੱਤਰ ਮੰਚ ਦੇ ਪੱਖ ਤੋਂ ਨਕਲਾਂ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ ਮੰਚ ਦੇ ਪੱਖੋਂ ਨਕਲਾਂ ਸਮੂਹਿਕ ਤੇ ਖੁੱਲੇ ਚਰਿੱਤਰ ਦੀਆਂ ਧਾਰਨੀ ਹਨ ਇਹਨਾਂ ਦੀ ਪੇਸ਼ਕਾਰੀ ਖੁੱਲੇ ਅਖਾੜੇ ਵਿੱਚ ਲੋਕਾਂ ਲਈ ਹੁੰਦੀ ਹੈ ਨਕਲਾਂ ਵਿੱਚ ਸਿਰਫ ਸੰਕੇਤਕ ਤੇ ਲੋੜਿੰਦੀ ਸਮੱਗਰੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਚਮੋਟਾ ਅਤੇ ਛੋਟਾ ਤਬਲਾ ਬਾਕੀ ਕੰਮ ਇਸ਼ਾਰਿਆਂ ਨਾਲ ਸਾਰ ਲਿਆ ਜਾਂਦਾ ਹੈ ਇੱਕੋ ਆਦਮੀ ਬਿਨਾ ਵਸਤਰ ਬਦਲਿਆਂ ਸਿਰ ਤੇ ਸਾਫਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਉਹੀ ਸਾਫਾ ਸਿਰ ਤੇ ਬੰਨ ਕੇ ਪਿਓ ਜਾਂ ਵਿਚੋਲਾ ਬਣ ਜਾਂਦਾ ਹੈ ਇੱਕ ਵਾਰ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ ਅਤੇ ਕਿਸੇ ਵੀ ਸਜਾਵਟ ਦਾ ਅਡੰਬਰ ਰਚਣ ਦੀ ਜ਼ਰੂਰਤ ਨਹੀਂ ਪੈਂਦੀ ਦਰਸ਼ਕ ਇਸ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ ਅਦਾਕਾਰ ਆਪਣੀ ਕਲਾ ਰਾਹੀਂ ਦਰਸ਼ਕਾਂ ਨੂੰ ਕੀਲਦਾ ਹੈ ਨਾ ਕਿ ਰੋਸ਼नियां ਜਾਂ ਹੋਰ ਬਨਾਵਟੀ ਤਕਨੀਕਾਂ ਰਾਹੀਂ ਕੁਐਸਚਨ ਨਕਲਾ ਖੇਡਾਂ ਲਈ ਕਿਹੋ ਜਿਹੀ ਪਿੜਦੀ ਵਰਤੋਂ ਕੀਤੀ ਜਾਂਦੀ ਹੈ ਉੱਤਰ ਨਕਲਾ ਖੇਡਾਂ ਲਈ ਤਿੰਨ ਤਰ੍ਹਾਂ ਦੇ ਪਿੜਦੀ ਵਰਤੋਂ ਕੀਤੀ ਜਾਂਦੀ ਹੈ ਘਗਰੀ ਤੀਰਕਮਾਨੀ ਅਤੇ ਦਰਖਤ ਵਾਲਾ ਖੜਾ ਜਦ ਨਕਲੀਏ ਇੱਕ ਤਾਂ ਖੜੇ ਹੋ ਕੇ ਨਕਲਾ ਕਰਨ ਤੇ ਦਰਸ਼ਕ ਉਹਨਾਂ ਦੇ ਚਾਰ ਚੁਫੇਰੇ ਗੋਲ ਦਾਇਰੇ ਵਿੱਚ ਖੜੇ ਹੋ ਕੇ ਨਕਲਾ ਦੇਖਣ ਤਾਂ ਅਜਿਹੇ ਪਿੜ ਨੂੰ ਕਗਰੀ ਪਿੜ ਦਾ ਨਾਂ ਦਿੱਤਾ ਜਾਂਦਾ ਹੈ ਤੇ ਜਦੋਂ ਪਿਛਲੇ ਪਾਸੇ ਕਿਸੇ ਮਕਾਨ ਜਾਂ ਕੰਧ ਦਾ ਆਸਰਾ ਹੋਵੇ ਅਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ ਤਾਂ ਇਹ ਤੀਰ ਕਮਾਨੀ ਪਿੜ ਅਕਵਾਉਂਦਾ ਹੈ ਅਤੇ ਕਿਤੇ ਕਿਤੇ ਕਿਸੇ ਦਰਖਤ ਬਨਿਆ ਥੜਾ ਵੀ ਨਕਲਾਂ ਲਈ ਵਰਤਿਆ ਜਾਂਦਾ ਹੈ ਇਸ ਨੂੰ ਦਰਖਤ ਹੇਟਲਾ ਪਿੜ ਕਹਿੰਦੇ ਹਨ ਦਰਸ਼ਕ ਥੜੇ ਤੋਂ ਹੇਠਾਂ ਵੀ ਖੜੇ ਹੋ ਕੇ ਨਕਲਾਂ ਦੇਖਦੇ ਹਨ ਅਗਲਾ ਕੁਐਸਚਨ ਪੰਜਾਬੀ ਸੱਭਿਆਚਾਰ ਵਿੱਚ ਨਕਲਾਂ ਦਾ ਕੀ ਮਹੱਤਵ ਹੈ ਉੱਤਰ ਪੰਜਾਬੀ ਸੱਭਿਆਚਾਰ ਵਿੱਚ ਨਕਲਾਂ ਦਾ ਵਿਸ਼ੇਸ਼ ਮਹੱਤਵ ਹੈ ਇਨ੍ਹਾਂ ਰਾਹੀਂ ਪੰਜਾਬੀ ਸੱਭਿਆਚਾਰ ਦੇ ਕਈ ਪੱਖਾਂ ਨੂੰ ਉਗਾੜਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਮੁੰਡਾ ਜੰਮਣ ਮੁੰਡੇ ਦੇ ਵਿਆਹ ਤੇ ਮੇਲੇ ਤਿਹਾਰ ਦੇ ਸਮੇਂ ਵਿਸ਼ੇਸ਼ ਅਖਾੜੇ ਲਗਾ ਕੇ ਨਕਲਾ ਖੇਡੀਆਂ ਜਾਂਦੀਆਂ ਹਨ ਇਸ ਤਰ੍ਹਾਂ ਹਰ ਖੁਸ਼ੀ ਦੇ ਮੌਕਿਆਂ ਤੇ ਪੰਡ ਆਗ ਸਾਡਾ ਮਨੋਰੰਜਨ ਕਰਦੇ ਹਨ ਤੇ ਇਹਨਾਂ ਮੌਕਿਆਂ ਤੇ ਸਾਨੂੰ ਖੁੱਲ ਕੇ ਹੱਸਣ ਦਾ ਮੌਕਾ ਮਿਲਦਾ ਹੈ ਇਨਾ ਤੋ ਸਾਨੂੰ ਖੁਸ਼ੀ ਦੇ ਮੌਕਿਆਂ ਦੀਆਂ ਕੁਝ ਰੀਤਾਂ ਦਾ ਵੀ ਪਤਾ ਲੱਗਦਾ ਹੈ। ਮੁੰਡਾ ਜੰਮਣ ਤੇ ਘਰ ਦੇ ਵਿਹੜੇ ਵਿੱਚ ਨਕਲਾਂ ਦਾ ਅਖਾੜਾ ਲੱਗਦਾ ਹੈ। ਪੰਡ ਕਰਦੇ ਦਰਵਾਜ਼ੇ ਤੋਂ ਹੀ ਗਾਉਣ ਲੱਗ ਪੈਂਦੇ ਹਨ ਤਾਂ ਜੋ ਸਭ ਨੂੰ ਪਤਾ ਲੱਗ ਜਾਵੇ। ਲੋਕ ਦੇ ਇਕੱਠੇ ਹੋਣ ਤੇ ਨਕਲਾਂ ਸ਼ੁਰੂ ਹੁੰਦੀਆਂ ਹਨ। ਵਿਆਹ ਤੋਂ ਅਗਲੇ ਦਿਨ ਪੰਡ ਆਪਣਾ ਤਬਲਾ ਖੜਕਾਉਂਦੇ ਹਨ। ਮੇਲੇ ਤਿਹਾਰ ਤੇ ਪੰਡਾਂ ਦੀ ਪੂਰੀ ਟੋਲੀ ਨੂੰ ਸਾਈ ਦੇ ਕੇ ਆਪ ਹੀ ਸੱਦਿਆ ਜਾਂਦਾ ਹੈ ਪੰਡਾਂ ਦੇ ਨਕਲਾਂ ਕਰਕੇ ਚਲੇ ਜਾਣ ਤੋਂ ਬਾਅਦ ਵੀ ਕਈ ਦਿਨ ਬਾਅਦ ਤੱਕ ਉਹਨਾਂ ਦੀਆਂ ਨਕਲਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਅਜੋਕੇ ਸਮੇਂ ਵਿੱਚ ਮਨੋਰੰਜਨ ਟੈਕਨੋਲੋਜੀ ਦੇ ਸਾਧਨ ਦਿਨ ਬਦਨ ਵੱਧੇ ਜਾ ਰਹੇ ਹਨ ਪਰ ਨਕਲਾਂ ਦਾ ਅਜੇ ਵੀ ਵਿਸ਼ੇਸ਼ ਮਹੱਤਵ ਹੈ ਹੁਣ ਵੀ ਜਦੋਂ ਕਿਤੇ ਨਕਲਾਂ ਹੁੰਦੀਆਂ ਦੇਖਦੇ ਹਨ ਤਾਂ ਉਹ ਬੜੀ ਉਤਸੁਕਤਾ ਤੇ ਉਤਸ਼ਾਹ ਨਾਲ ਇਹਨਾਂ ਨੂੰ ਦੇਖਦੇ ਹਨ ਵਸਤੂनिष्ठ ਪ੍ਰਸ਼ਨ ਫਸ ਕੁਐਸਚਨ ਪੰਜਾਬ ਦੀਆਂ ਨਕਲਾ ਪਾਠ ਦਾ ਲੇਖਕ ਕੌਣ ਹੈ ਉੱਤਰ ਪਿਆਰਾ ਸਿੰਘ ਖੁੰਡਾ ਨਕਲਾ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਹੈ ਨਕਲੀਆ ਪੰਜਾਬ ਦੀਆਂ ਲੋਕ ਨਕਲਾ ਪਾਠ ਦੇ ਆਧਾਰ ਤੇ ਦੱਸੋ ਕਿ ਲੋਕ ਲੋਕ ਨਕਲਾ ਨੂੰ ਹੋਰ ਕੀ ਕਹਿੰਦੇ ਹਨ ਉੱਤਰ ਪੰਡ ਪੰਡੋਤੀ ਕੁਝ ਖੋਜੀਆਂ ਦਾ ਵਿਚਾਰ ਹੈ ਕਿ ਸੁਆੰਗੀ ਅਨਹਾਰੀਆ ਭਾਤ ਜਾਤੀ ਵਿੱਚੋਂ ਸਨ ਹਾਂ ਜਾਂ ਨਹੀਂ ਉੱਤਰ ਹਾਂ ਉਹ ਕਿਹੜੀ ਨਕਲ ਹੈ ਜਿਸ ਨੂੰ ਦੋ ਹੀ ਕਲਾਕਾਰ ਖੇਡਦੇ ਹਨ ਉੱਤਰ ਨਿੱਕੀ ਨਕਲ ਕਿਹੜੀਆਂ ਨਕਲਾਂ ਨੂੰ ਖੇਡਣ ਵਾਲੇ ਪੱਤ ਰੰਗਾ ਤੇ ਬਿਗਲਾ ਹੁੰਦੇ ਹਨ ਉੱਤਰ ਲੰਬੀਆਂ ਨਕਲਾਂ ਨੂੰ ਪैसे ਮਿਲਣ ਤੇ ਨਕਲੀਏ ਨਕਲ ਨੂੰ ਰੋਕ ਕੇ ਉੱਚੀ ਏਕ ਵਿੱਚ ਕੀ ਕਰਦੇ ਹਨ ਉੱਤਰ ਵੇਲ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾ ਮੁੱਖ ਤੌਰ ਤੇ ਕਿਹੜੇ ਕਿਹੜੇ ਸਮੇਂ ਤੇ ਖੇਡੀਆਂ ਜਾਂਦੀਆਂ ਹਨ ਉੱਤਰ ਮੁੰਡਾ ਜੰਮਨ ਤੇ ਮੁੰਡੇ ਦੇ ਵਿਆਹ ਬਾਰੇ ਤੇ ਮੇਲੇ ਤਿਹਾਰ ਸਮੇ ਅਗਲਾ ਕੁਐਸਚਨ ਵਿਆਹ ਹੋਣ ਤੇ ਭੰਡ ਕਿਹੜੇ ਦਿਨ ਤਬਲਾ ਆਖੜਕਾਉਂਦੇ ਹਨ ਉੱਤਰ ਵਿਆਹ ਤੋਂ ਅਗਲੇ ਦਿਨ ਕਦੇ-ਕਦੇ ਮੇਲੇ ਤਿਉਹਾਰ ਉੱਤੇ ਕੌਣ ਲੋਕ ਇਕੱਠੇ ਹੋ ਕੇ ਨਕਲੀਆਂ ਨੂੰ ਸੱਦ ਲੈਂਦੇ ਹਨ ਉੱਤਰ ਆਮ ਲੋਕ ਆਧੁਨਿਕ ਟੈਕਨੋਲੋਜੀ ਕਰਕੇ ਮਨੋਰੰਜਨ ਦੇ ਨਵੇਂ ਸਾਧਨ ਵਧਨ ਦੇ ਬਾਵਜੂਦ ਵੀ ਲੋਕ ਨਕਲੀਆਂ ਨੂੰ ਕਿਵੇਂ ਵੇਖਦੇ ਹਨ ਉੱਤਰ ਬਹੁਤ ਦਿਲਚਸਪੀ ਨਾਲ ਨਕਲਾ ਵਿਚਲੇ ਮਹੱਤਵਪੂਰਨ ਪਾਤਰਾਂ ਨੂੰ ਕੀ ਕਹਿੰਦੇ ਹਨ ਉੱਤਰ ਰੰਗਾ ਤੇ ਬਿਗਲਾ ਲੰਬੀਆਂ ਨਕਲਾ ਵਿੱਚ ਕਿੰਨੇ ਪਾਤਰ ਹਿੱਸਾ ਲੈਂਦੇ ਹਨ ਉੱਤਰ 10 15 ਭਾਗ ਪੂਰੀ ਟੋਲੀ ਸ਼ਬਦਾਂ ਦਾ ਮਹੱਲ ਕੌਣ ਉਸਾਰਦਾ ਹੈ ਉੱਤਰ ਰੰਗਾ ਬਿਗਲਾ ਸ਼ਬਦ ਕਿਸ ਤੋਂ ਬਣਿਆ ਉੱਤਰ ਵਿਗੜੇ ਤੋਂ ਚਮੋਟਾ ਕਿਸ ਦੇ ਹੱਥ ਵਿੱਚ ਹੁੰਦਾ ਹੈ ਉੱਤਰ ਰੰਗੇ ਦੇ ਬਿਗਲਾ ਨਕਲਾ ਦਾ ਕਿਸ ਤਰ੍ਹਾਂ ਦਾ ਪਾਤਰ ਜਾਂ ਅਦਾਕਾਰ ਹੁੰਦਾ ਹੈ ਉੱਤਰ ਮਖੌਲੀਆ ਨਕਲਾ ਵਿੱਚ ਕਿਸ ਦੀ ਭੂਮਿਕਾ ਵਿਸ਼ੇਸ਼ ਹੁੰਦੀ ਹੈ ਉੱਤਰ ਦਰਸ਼ਕਾਂ ਦੀ ਦਰਸ਼ਕ ਜੋ ਪਿਆਸੇ ਨਕਲੀਏ ਨੂੰ ਦਿੰਦੇ ਹਨ ਉਸ ਨੂੰ ਕੀ ਕਹਿੰਦੇ ਹਨ ਉੱਤਰ ਵੇਲ ਨਕਲਾ ਕਿੱਥੇ ਪੇਸ਼ ਕੀਤੀਆਂ ਜਾਂਦੀਆਂ ਹਨ ਉੱਤਰ ਖੁੱਲੇ ਅਖਾੜੇ ਵਿੱਚ ਨਕਲਾ ਖੇਡਣ ਲਈ ਕਿੰਨੇ ਪ੍ਰਕਾਰ ਦੇ ਪਿੜ ਦੀ ਵਰਤੋਂ ਕੀਤੀ ਜਾਂਦੀ ਹੈ ਤਿੰਨ ਪ੍ਰਕਾਰ ਦੇ ਕਗਰੀ ਤੀਰ ਕਮਾਨੇ ਅਤੇ ਦਰਖਤਾਂ ਵਾਲਾ ਥੜਾ ਪਿੜ ਵਿੱਚ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਉੱਤਰ ਨਕਲਾ ਖੇਡਣ ਲਈ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾ ਕਿੰਨੇ ਮੌਕਿਆਂ ਉੱਤੇ ਖੇਡੀਆਂ ਜਾਂਦੀਆਂ ਹਨ ਉੱਤਰ 3 ਨਕਲਾਲੇ ਵਰਤੇ ਜਾਂਦੇ ਤਿੰਨ ਪੀੜਾਂ ਵਿੱਚੋਂ ਕਿਸੇ ਇੱਕ ਦਾ ਨਾਂ ਲਿਖੋ ਉੱਤਰ ਕਗਰੀ ਮੁੰਡਾ ਜੰਮਨ ਤੇ ਨਕਲੀਏ ਆਪਣਾ ਅਖਾੜਾ ਕਿੱਥੇ ਲਾਉਂਦੇ ਹਨ ਉੱਤਰ ਕਰਦੇ ਵਿੜੇ ਵਿੱਚ ਹੁਣ ਐਮਸੀਕਿਊ ਕੁਐਸਚਨ ਪੰਜਾਬ ਦੀਆਂ ਨਕਲਾਂ ਲੇਖ ਦੇ ਲੇਖਕ ਦਾ ਨਾਂ ਦੱਸੋ ਡਾਕਟਰ ਇਕਪਾਲ ਕੌਰ ਸ਼੍ਰੀ ਗੁਰਦੇਵ ਸਿੰਘ ਪਿਆਰਾ ਸਿੰਘ ਕੁੰਡਾ ਵੰਜਾਰਾ ਵਿਧੀ ਉੱਤਰ ਪਿਆਰਾ ਸਿੰਘ ਖੁੰਡਾ ਸਾਂਗ ਜਾਂ ਰੀਜ਼ ਦੀ ਕਿਰਿਆ ਕਿਸ ਨੂੰ ਆਖਦੇ ਹਨ ਪੰਗੜੇ ਨੂੰ ਕਿਕਲਿਕ ਨੂੰ ਨਕਲਾ ਨੂੰ ਸੰਮੀ ਨੂੰ ਉੱਤਰ ਨਕਲਾ ਨੂੰ ਨਕਲਾ ਨੂੰ ਕਿਸ ਸ਼ੈਲੀ ਵਿੱਚ ਪੇਸ਼ ਕੀਤਾ ਜਾਂਦਾ ਹੈ ਸੂਖਮ ਸ਼ੈਲੀ ਚਮੋਟਾ ਰੰਗ ਸ਼ੈਲੀ ਗੰਭੀਰ ਸ਼ੈਲੀ ਹਾਸਰਤ ਸ਼ੈਲੀ ਉੱਤਰ ਚਮੋਟਾ ਰੰਗ ਸ਼ੈਲੀ ਚੁਸਤ वार्तालाप ਹਾਜ਼ਰ ਜਵਾਬੀ ਵਿਅੰਗ ਅਤੇ ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸੰਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਕਿਹੜਾ ਹੈ ਨਕਲਾਂ ਜਾਦੂਗਰੀ ਹਾਸ ਲੀਲਾ ਕੋਈ ਨਹੀਂ ਉੱਤਰ ਨਕਲਾਂ ਨਕਲਾਂ ਪੀੜੀ ਦਰ ਪੀੜੀ ਉਸਤਾਦੀ ਸ਼ਾਗਿਰਦੀ ਦੇ ਰੂਪ ਵਿੱਚ ਕਿਸ ਤਰ੍ਹਾਂ ਅੱਗੇ ਤੁਰਦੀਆਂ ਹਨ ਲਿਖਤੀ ਰੂਪ ਵਿੱਚ ਚਿੱਤਰ ਰੂਪ ਵਿੱਚ ਮੌਖਿਕ ਰੂਪ ਵਿੱਚ ਕੋਈ ਨਹੀਂ ਉੱਤਰ ਮੌਖਿਕ ਰੂਪ ਵਿੱਚ ਲਿਖਤੀ ਰੂਪ ਵਿੱਚ ਨਕਲਾਂ ਦੀ ਕੀ ਸਥਿਤੀ ਹੈ ਕਿਰਿਆਸ਼ੀਲ ਅਕਿਰਿਆਸ਼ੀਲ ਸਥਿਰ ਤੇ ਨਰਜੀਵ ਸੰਜੀਵ ਉੱਤਰ ਸਥਿਰ ਤੇ ਨਰਜੀਵ ਨਕਲਾ ਕਰਨ ਵਾਲੇ ਨੂੰ ਕੀ ਕਹਿੰਦੇ ਹਨ ਮਰਾਸੀ ਪੰਡ ਨਕਲੀਏ ਕੋਈ ਨਹੀਂ ਉੱਤਰ ਨਕਲੀਏ ਰੂਪ ਦੇ ਪੱਖੋਂ ਨਕਲਾਂ ਦੀਆਂ ਕਿਸਮਾਂ ਦੱਸੋ 5 2 4 3 ਉੱਤਰ 2 ਨਕੀਆਂ ਛੋਟੀਆਂ ਨਕਲਾਂ ਨੂੰ ਕਿੰਨੇ ਕਲਾਕਾਰ ਕਰਦੇ ਹਨ 4 3 2 5 ਉੱਤਰ 2 ਨਕਲੀਆਂ ਦੇ ਹੱਥਾਂ ਵਿੱਚ ਕੀ ਹੁੰਦਾ ਹੈ ਚਮੋਟਾ ਤਬਲਾ ਜਾਂ ਦੋਵੇਂ ਕੁਝ ਨਹੀਂ ਉੱਤਰ ਊੜਾ ਅਤੇ ਐੜਾ ਭਾਵ ਦੋਵੇਂ ਜਦੋਂ ਤਬਲੇ ਵਾਲਾ ਨਕਲੀ ਕੋਈ ਬੇਤੁਕੀ ਗੱਲ ਕਰੇ ਤਾਂ ਦੂਜਾ ਉਸਤੇ ਚਮੋਟਾ ਮਾਰਦਾ ਹੈ ਤਾਂ ਦਰਸ਼ਕਾਂ ਵਿੱਚ ਕੀ ਪੈਦਾ ਹੁੰਦਾ ਹੈ ਰੋਣਾ ਕਿਰਨਾ ਹੱਸਾ ਚੁੱਪ ਉੱਤਰ ਹੱਸਾ ਨਕਲ ਦੀ ਚਾਕੀ ਦੇ ਅਖੀਰ ਵਿੱਚ ਕੀ ਹੋ ਸਾਰਿਆ ਜਾਂਦਾ ਹੈ ਸਲਾਉ ਸਿਖਰ ਸੁਖਾਂਤ ਦੁਖਾਂਤ ਹਾਸ ਰਸੀ ਸਿਖਰ ਉੱਤਰ ਹਾਸ ਰਸੀ ਸਿਖਰ ਨਕਲ ਦੀ ਚਾਕੀ ਦਾ ਅੰਤ ਕਿਸ ਤਰ੍ਹਾਂ ਹੁੰਦਾ ਹੈ ਤਪਾਕ ਚਟਪਟਾ ਪਟਾਕੇ ਵਾਂਗ ਨਮਕਾਉ ਭਰਿਆ ਉੱਤਰ ਪਟਾਕੇ ਵਾਂਗ ਇਹ ਠੀਕ ਗਲਤ ਨਕਲਾ ਕਰਨ ਵਾਲੇ ਕਲਾਕਾਰ ਨੂੰ ਨਕਲੀਏ ਕਿਹਾ ਜਾਂਦਾ ਹੈ ਠੀਕ ਨਕਿਆ ਨਕਲਾ ਨੂੰ ਪੂਰੀ ਟੋਲੀ ਖੇਡਦੀ ਹੈ ਜਦ ਕਿ ਲੰਬੀਆਂ ਨਕਲਾਂ ਖੇਡਣ ਲਈ ਦੋ ਜਣੇ ਹੀ ਗਲਤ ਅਦਾਕਾਰ ਤੇ ਦਰਸ਼ਕਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੁੰਦਾ ਗਲਤ ਪੈਸੇ ਮਿਲਨ ਤੇ ਨਕਲੀਏ ਨਕਲ ਨੂੰ ਉੱਤੇ ਹੀ ਰੋਕ ਕੇ ਪੈਸੇ ਦੇਣ ਵਾਲੇ ਦੀ ਉੱਚੀ ਫੇਕ ਨਾਲ ਵੇਲ ਕਰਦੇ ਹਨ ਠੀਕ ਤੀਜੀ ਪ੍ਰਕਾਰ ਦਾ ਅਖਾੜਾ ਖੁੱਲੇ ਮੰਡਲ ਵਿੱਚ ਲੱਗਦਾ ਹੈ ਠੀਕ ਅਖੀਰ ਵਿੱਚ ਉਹਨਾਂ ਖਾਲੀ ਥਾਵਾਂ ਨਕਲਾ ਮੌਖਿਕ ਰੂਪ ਵਿੱਚ ਹੀ ਡੈਸ਼ ਨਾਲ ਪੀੜੀਦਰ ਪੀੜੀ ਅੱਗੇ ਤੁਰੀਆਂ ਆ ਰਹੀਆਂ ਹਨ ਉਸਤਾਦੀ ਤੇ ਸ਼ਾਗਿਰਦੀ ਨਾਲ ਡੈਸ਼ ਸ਼ਬਦ ਦਾ ਮਹਲ ਉਸਾਰਦਾ ਹੈ ਪਰ ਬਿਗਲਾ ਲੱਤ ਮਾਰ ਕੇ ਉਸ ਨੂੰ ਢਾ ਦਿੰਦਾ ਹੈ ਰੰਗਾ ਰੰਗਾ ਲੰਬੀ ਨਕਲ ਦਾ ਇੱਕ ਪ੍ਰਕਾਰ ਦਾ ਡੈਸ਼ ਹੁੰਦਾ ਹੈ ਨਿਰਦੇਸ਼ਕ ਨਕਲਾ ਵਿੱਚ ਡੈਸ਼ ਦੀ ਭੂਮਿਕਾ ਅਹਿਮ ਹੁੰਦੀ ਹੈ ਦਰਸ਼ਕਾਂ ਦੀ ਡੈਸ਼ ਦੇ ਪੱਖ ਤੋਂ ਨਕਲਾ ਸਮੂਹਿਕ ਤੇ ਖੁੱਲੇ ਚਰਿੱਤਰ ਦੀਆਂ ਧਾਰਨੀਆਂ ਹਨ ਮੰਚ ਦੇ ਪੱਖ ਤੋਂ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾ ਡੈਸ਼ ਸਮੇਂ ਖੇਡੀਆਂ ਜਾਂਦੀਆਂ ਹਨ ਤਿੰਨ ਇਸ ਤਰ੍ਹਾਂ ਅਖੀਰ ਵਿੱਚ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਪੰਜਾਬ ਦੀਆਂ ਨਕਲਾ ਲੇਖ ਤੇ ਕੁਐਸਚਨ ਆਨਸਰ ਤੇ ਵਸਤੂਨਿਸ਼ਟ ਪ੍ਰੇਸ਼ਨ ਚੰਗੀ ਤਰ੍ਹਾਂ ਸਮਝ ਲੱਗ ਚੁੱਕੇ ਹੋਣਗੇ ਧੰਨਵਾਦ